2024 ਦਾ ਚੈਂਪੀਅਨ ਕੌਣ ਬਣੇਗਾ ਇਹ ਤਾਂ 4 ਜੂਨ ਨੂੰ ਪਤਾ ਚੱਲੇਗਾ, ਲੇਕਿਨ ਸਾਡਾ ਫਰਜ਼ ਹੈ ਵੋਟਾਂ ਪਾਉਣ, ਅਸੀਂ ਬਾਰ ਬਾਰ ਕਹਿ ਰਹੇ ਕਿ ਵੋਟ ਪਾਓ। ਔਰ ਜਦੋਂ ਇਹੋ ਜਿਹੇ ਸ਼ਖਸ ਵੋਟ ਪਾਉਣ ਜਿਨ੍ਹਾਂ ਦੀ ਫਲਾਈਟ ਹੋਵੇ ਲੇਕਿਨ ਵੋਟ ਪਾਉਣ ਪਹੁੰਚੇ ਨੇ, ਫਲਾਈਟ ਕਿਹਦੀ ਹੈ, ਵੋਟ ਪਾਉਣ ਕੌਣ ਪਹੁੰਚੇ ਨੇ, ਮੈਂ ਦੱਸ ਦਿੰਦਾ। ਸਾਡੇ ਦਿੱਗਜ ਕ੍ਰਿਕੇਟਰ ਹਰਭਜਨ ਸਿੰਘ, ਮੈਂ ਜਲੰਧਰ, ਬਹੁਤ ਬਹੁਤ ਸਵਾਗਤ ਹੈ ਭਾਜੀ। ਸ਼ੁਕਰੀਆ। ਇੱਕ ਵਾਰ ਨਿਸ਼ਾਨ ਦਿਖਾ ਦਿਓ ਪਹਿਲਾਂ, ਬਹੁਤ ਜ਼ਰੂਰੀ ਹੈ। ਲਓ ਜੀ, ਸਬੂਤ ਹੈ ਕਿ ਮੈਂ ਆਇਆ ਜੀ ਵੋਟ ਪਾਉਣ। ਭਾਜੀ ਤੁਹਾਡੀ ਫਲਾਈਟ ਸੀਗੀ USA, ਆਲਰੇਡੀ ਵਰਲਡ ਕੱਪ ਚੱਲ ਰਿਹਾ ਪਿਆ, ਲੇਕਿਨ ਇੱਕ ਤੁਸੀਂ ਸਮਝਿਆ ਕਿ ਨਹੀਂ ਪਹਿਲਾਂ ਵੋਟ ਪਾਵਾਂ ਫਿਰ ਨਿਕਲਾਂਗਾ? ਬਿਲਕੁਲ ਜੀ, ਇਹ ਇੰਪੋਰਟੈਂਟ ਡੇ ਹੈ ਸਾਡੇ ਦੇਸ਼ ਦੇ ਲਈ ਔਰ ਸਾਡੇ ਆਪਣੇ ਹੱਕ ਦੇ ਲਈ ਅਸੀਂ ਖੜੇ ਹੋਈਏ, ਔਰ ਵੋਟ ਪਾਉਣਾ ਸਾਡਾ ਅਧਿਕਾਰ ਹੈ, ਔਰ ਮੈਂ ਜ਼ਰੂਰੀ ਸਮਝਿਆ ਕਿ ਇਹ ਪਾਣੀ ਚਾਹੀਦੀ, ਹਰ ਕਿਸੇ ਨੂੰ ਪਾਣੀ ਚਾਹੀਦੀ। ਔਰ ਮੇਰੀ ਫਲਾਈਟ ਜ਼ਰੂਰ ਸੀਗੀ, ਮੈਂ ਜਾਣਾ ਵਰਲਡ ਕੱਪ ਕਵਰ ਕਰਨ ਲਈ ਐਜ਼ ਏ ਬ੍ਰੌਡਕਾਸਟਰ, ਬਟ ਆਈ ਫੈਲ ਕਿ ਦਿਸ ਇਜ਼ ਅ ਮੱਚ ਬਿਗਰ ਰਿਸਪੋਂਸੀਬਿਲਿਟੀ, ਆਪਣੀ ਰਿਸਪੋਂਸੀਬਿਲਿਟੀ ਪੂਰੀ ਕਰੋ, ਉਸ ਤੋਂ ਬਾਅਦ ਜਿਹੜਾ ਬਾਕੀ ਦੇ ਕੰਮ ਆ ਉਹ ਅਫਕੋਰਸ ਇੱਕ ਦੋ ਦਿਨ ਡਿਲੇ ਹੋ ਸਕਦੇ ਆ। ਅੱਛਾ, ਐਤਕੀ ਤੁਹਾਡੀ ਬਹੁਤ ਖਾਸ ਇਸ ਲਈ ਲੱਗਦੀ ਹੈ ਕਿ ਐਜ਼ ਏ MP, ਰਾਜ ਸਭਾ MP ਹੋ, ਹੈ ਨਾ, ਮੈਂਬਰ ਆਫ ਪਾਰਲੀਮੈਂਟ ਹਰਭਜਨ ਸਿੰਘ, ਕ੍ਰਿਕੇਟਰ, ਟਰਬੋਨੇਟਰ, ਲੱਗਿਆ ਕੁਛ ਖਾਸ ਜਦੋਂ ਲਾਈਨ 'ਚ ਲੱਗੇ? ਨਹੀਂ ਜੀ, ਵੋਟ ਤਾਂ ਮੈਂ ਪਹਿਲਾਂ ਵੀ ਇੱਦਾਂ ਕਰਦਾ ਸੀਗਾ, ਔਰ ਮੇਰੀ ਇੱਕ ਆਦਤ ਹੈ ਕਿ ਲਾਈਨ ਜਿਹੜੀ ਆ ਉਹ ਸਾਰਿਆਂ ਲਈ ਸੇਮ ਆ, ਉਹਦੇ ਵਿੱਚ ਤੁਸੀਂ ਖਾਸ ਨਹੀਂ ਹੋ ਅਤੇ ਜਾਂ ਤੁਸੀਂ ਕਿਸੇ ਤੋਂ ਘੱਟ ਨਹੀਂ ਹੋ ਜਾਂ ਵੱਧ ਨਹੀਂ ਹੋ, ਇਸ ਲਈ ਲਾਈਨ 'ਚ ਲੱਗੋ, ਵੋਟ ਪਾਓ। ਮੈਨੂੰ ਬੜੇ ਉੱਥੇ ਵੀ ਕਹਿੰਦੇ ਰਹੇ ਕਿ ਨਹੀਂ ਆਪ ਤੁਸੀਂ ਅੱਗੇ ਹੋ ਕੇ ਵੋਟ ਕਰ ਲਓ, ਮੈਂ ਕਿਹਾ ਨਹੀਂ ਜੀ, ਤੁਹਾਡੀ ਵਾਰੀ ਹੈ, ਜਦੋਂ ਮੇਰੀ ਵਾਰੀ ਆਏਗੀ ਮੈਂ ਉਦੋਂ ਵੋਟ ਪਾਵਾਂਗਾ। ਬਟ ਕੋਈ ਫਰਕ ਨਹੀਂ ਲੱਗਿਆ ਜੀ, ਸੇਮ ਹੀ ਵੋਟ ਹੀ ਪਾਉਣ ਗਏ ਸੀਗੇ, ਕਦੀ ਮੈਂ ਖੜਾ ਨਹੀਂ ਹੋਇਆ, ਇਸ ਲਈ ਮੈਂ ਵੋਟ। 2024 ਦਾ ਚੈਂਪੀਅਨ ਕੌਣ ਬਣੇਗਾ ਇਹ ਤਾਂ 4 ਜੂਨ ਨੂੰ ਪਤਾ ਚੱਲੇਗਾ, ਲੇਕਿਨ ਸਾਡਾ ਫਰਜ਼ ਹੈ ਵੋਟਾਂ ਪਾਉਣ, ਅਸੀਂ ਬਾਰ ਬਾਰ ਕਹਿ ਰਹੇ ਕਿ ਵੋਟ ਪਾਓ। ਔਰ ਜਦੋਂ ਇਹੋ ਜਿਹੇ ਸ਼ਖਸ ਵੋਟ ਪਾਉਣ ਜਿਨ੍ਹਾਂ ਦੀ ਫਲਾਈਟ ਹੋਵੇ ਲੇਕਿਨ ਵੋਟ ਪਾਉਣ ਪਹੁੰਚੇ ਨੇ, ਫਲਾਈਟ ਕਿਹਦੀ ਹੈ, ਵੋਟ ਪਾਉਣ ਕੌਣ ਪਹੁੰਚੇ ਨੇ, ਮੈਂ ਦੱਸ ਦਿੰਦਾ। ਸਾਡੇ ਦਿੱਗਜ ਕ੍ਰਿਕੇਟਰ ਹਰਭਜਨ ਸਿੰਘ, ਮੈਂ ਜਲੰਧਰ, ਬਹੁਤ ਬਹੁਤ ਸਵਾਗਤ ਹੈ ਭਾਜੀ। ਸ਼ੁਕਰੀਆ। ਇੱਕ ਵਾਰ ਨਿਸ਼ਾਨ ਦਿਖਾ ਦਿਓ ਪਹਿਲਾਂ, ਬਹੁਤ ਜ਼ਰੂਰੀ ਹੈ। ਲਓ ਜੀ, ਸਬੂਤ ਹੈ ਕਿ ਮੈਂ ਆਇਆ ਜੀ ਵੋਟ ਪਾਉਣ। ਭਾਜੀ ਤੁਹਾਡੀ ਫਲਾਈਟ ਸੀਗੀ USA, ਆਲਰੇਡੀ ਵਰਲਡ ਕੱਪ ਚੱਲ ਰਿਹਾ ਪਿਆ, ਲੇਕਿਨ ਇੱਕ ਤੁਸੀਂ ਸਮਝਿਆ ਕਿ ਨਹੀਂ ਪਹਿਲਾਂ ਵੋਟ ਪਾਵਾਂ ਫਿਰ ਨਿਕਲਾਂਗਾ? ਬਿਲਕੁਲ ਜੀ, ਇਹ ਇੰਪੋਰਟੈਂਟ ਡੇ ਹੈ ਸਾਡੇ ਦੇਸ਼ ਦੇ ਲਈ ਔਰ ਸਾਡੇ ਆਪਣੇ ਹੱਕ ਦੇ ਲਈ ਅਸੀਂ ਖੜੇ ਹੋਈਏ, ਔਰ ਵੋਟ ਪਾਉਣਾ ਸਾਡਾ ਅਧਿਕਾਰ ਹੈ, ਔਰ ਮੈਂ ਜ਼ਰੂਰੀ ਸਮਝਿਆ ਕਿ ਇਹ ਪਾਣੀ ਚਾਹੀਦੀ, ਹਰ ਕਿਸੇ ਨੂੰ ਪਾਣੀ ਚਾਹੀਦੀ। ਔਰ ਮੇਰੀ ਫਲਾਈਟ ਜ਼ਰੂਰ ਸੀਗੀ, ਮੈਂ ਜਾਣਾ ਵਰਲਡ ਕੱਪ ਕਵਰ ਕਰਨ ਲਈ ਐਜ਼ ਏ ਬ੍ਰੌਡਕਾਸਟਰ, ਬਟ ਆਈ ਫੈਲ ਕਿ ਦਿਸ ਇਜ਼ ਅ ਮੱਚ ਬਿਗਰ ਰਿਸਪੋਂਸੀਬਿਲਿਟੀ, ਆਪਣੀ ਰਿਸਪੋਂਸੀਬਿਲਿਟੀ ਪੂਰੀ ਕਰੋ, ਉਸ ਤੋਂ ਬਾਅਦ ਜਿਹੜਾ ਬਾਕੀ ਦੇ ਕੰਮ ਆ ਉਹ ਅਫਕੋਰਸ ਇੱਕ ਦੋ ਦਿਨ ਡਿਲੇ ਹੋ ਸਕਦੇ ਆ। ਅੱਛਾ, ਐਤਕੀ ਤੁਹਾਡੀ ਬਹੁਤ ਖਾਸ ਇਸ ਲਈ ਲੱਗਦੀ ਹੈ ਕਿ ਐਜ਼ ਏ MP, ਰਾਜ ਸਭਾ MP ਹੋ, ਹੈ ਨਾ, ਮੈਂਬਰ ਆਫ ਪਾਰਲੀਮੈਂਟ ਹਰਭਜਨ ਸਿੰਘ, ਕ੍ਰਿਕੇਟਰ, ਟਰਬੋਨੇਟਰ, ਲੱਗਿਆ ਕੁਛ ਖਾਸ ਜਦੋਂ ਲਾਈਨ 'ਚ ਲੱਗੇ? ਨਹੀਂ ਜੀ, ਵੋਟ ਤਾਂ ਮੈਂ ਪਹਿਲਾਂ ਵੀ ਇੱਦਾਂ ਕਰਦਾ ਸੀਗਾ, ਔਰ ਮੇਰੀ ਇੱਕ ਆਦਤ ਹੈ ਕਿ ਲਾਈਨ ਜਿਹੜੀ ਆ ਉਹ ਸਾਰਿਆਂ ਲਈ ਸੇਮ ਆ, ਉਹਦੇ ਵਿੱਚ ਤੁਸੀਂ ਖਾਸ ਨਹੀਂ ਹੋ ਅਤੇ ਜਾਂ ਤੁਸੀਂ ਕਿਸੇ ਤੋਂ ਘੱਟ ਨਹੀਂ ਹੋ ਜਾਂ ਵੱਧ ਨਹੀਂ ਹੋ, ਇਸ ਲਈ ਲਾਈਨ 'ਚ ਲੱਗੋ, ਵੋਟ ਪਾਓ। ਮੈਨੂੰ ਬੜੇ ਉੱਥੇ ਵੀ ਕਹਿੰਦੇ ਰਹੇ ਕਿ ਨਹੀਂ ਆਪ ਤੁਸੀਂ ਅੱਗੇ ਹੋ ਕੇ ਵੋਟ ਕਰ ਲਓ, ਮੈਂ ਕਿਹਾ ਨਹੀਂ ਜੀ, ਤੁਹਾਡੀ ਵਾਰੀ ਹੈ, ਜਦੋਂ ਮੇਰੀ ਵਾਰੀ ਆਏਗੀ ਮੈਂ ਉਦੋਂ ਵੋਟ ਪਾਵਾਂਗਾ। ਬਟ ਕੋਈ ਫਰਕ ਨਹੀਂ ਲੱਗਿਆ ਜੀ, ਸੇਮ ਹੀ ਵੋਟ ਹੀ ਪਾਉਣ ਗਏ ਸੀਗੇ, ਕਦੀ ਮੈਂ ਖੜਾ ਨਹੀਂ ਹੋਇਆ, ਇਸ ਲਈ ਮੈਂ ਵੋਟ।